नमस्कार दोस्तों, मैं थोड़ा दोस्त मनु मोड़ ते अज दी क्लास विच आपां मोबाइल टेक्नोलॉजी 3G 2G 4G ਅਤੇ 5G ਬਾਰੇ ਇੰਪੋਰਟੈਂਟ ਥਿਉਰੀ ਹੈ ਜਿਹੜੀ ਉਸ ਨੂੰ ਕਵਰ ਕਰਾਂਗੇ ਐਂਡ ਇਸ ਕਲਾਸ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਕੁਐਸਚਨਸ ਬਣਦੇ ਨੇ ਉਹਨਾਂ ਦੀ ਵੀਡੀਓ ਮੈਂ ਥੋੜੀ ਦੇਰ ਵਿੱਚ ਆਪਣੇ ਚੈਨਲ ਤੇ ਅਪਲੋਡ ਕਰਾਂਗਾ। ਹੁਣ ਜੇ ਤੁਸੀਂ ਇੰਪੋਰਟੈਂਟ ਕੁਐਸਚਨਾਂ ਦੀ ਜਿਹੜੀ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਔਨ ਕਰ ਲਓ ਐਂਡ ਜੇ ਕੰਪਿਊਟਰ ਰਿਲੇਟਡ ਇੰਪੋਰਟੈਂਟ ਕੁਐਸਚਨਾਂ ਦੀ PDF ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ID ਨੰਬਰ ਹੈ, ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਫਿਰ ਤੁਸੀਂ ਇਸ ਇੰਪੋਰਟੈਂਟ PDF ਫਾਈਲ ਨੂੰ ਬਾਏ ਕਰ ਸਕਦੇ ਹੋ। ਤਾਂ ਦੋਸਤੋ, ਸਭ ਤੋਂ ਪਹਿਲਾਂ ਆਪਾਂ ਮੋਬਾਈਲ ਟੈਕਨੋਲੋਜੀ ਬਾਰੇ ਜਾਣ ਲੈਣਾ। ਜਿਹੜੇ ਪਹਿਲੇ ਮੋਬਾਈਲ ਸਭ ਤੋਂ ਪਹਿਲਾਂ ਸਟਾਰਟ ਹੋਏ ਸੀ ਮੋਬਾਈਲ, ਉਹਨਾਂ ਨੂੰ 1G ਮੋਬਾਈਲ ਕਿਹਾ ਜਾਂਦਾ ਸੀ। ਇੱਥੇ G ਤੋਂ ਮਤਲਬ ਕੀ ਹੁੰਦਾ ਹੈ? ਜਨਰੇਸ਼ਨ ਹੁੰਦਾ ਹੈ, ਮਤਲਬ ਕਿ 1G 2G 3G 4G। ਆਪਾਂ ਜਦੋਂ ਸੁਣਦੇ ਹਾਂ ਤਾਂ ਆਪਣੇ ਮਾਈਂਡ ਵਿੱਚ ਆਉਂਦਾ ਹੋਵੇਗਾ ਕਿ G ਦਾ ਮਤਲਬ ਕੀ ਹੁੰਦਾ ਹੈ, ਤਾਂ G ਦਾ ਮਤਲਬ ਜਨਰੇਸ਼ਨ ਹੁੰਦਾ ਹੈ। ਤੇ ਇੱਥੇ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਇਹ 1G ਮੋਬਾਈਲ ਹੁੰਦੇ ਸੀ। ਤਾਂ ਜੋ ਹੁਣ ਆਪਾਂ ਨੂੰ 1G ਟੈਕਨੋਲੋਜੀ ਦੀ ਇੱਕ ਡੈਫੀਨੇਸ਼ਨ ਦੇਣੀ ਹੋਵੇ ਤਾਂ ਆਪਾਂ ਕਵਾਂਗੇ 1G ਵਾਇਰਲੈਸ ਟੈਲੀਫੋਨ ਟੈਕਨੋਲੋਜੀ ਮੋਬਾਈਲ ਦੂਰ ਸੰਚਾਰ ਦੀ ਪਹਿਲੀ ਪੀੜ੍ਹੀ ਨੂੰ ਦਰਸਾਉਂਦੀ ਹੈ। ਇਹ ਪਹਿਲੀ ਵਾਰ 1980 ਵਿੱਚ ਪੇਸ਼ ਕੀਤੀ ਗਈ ਸੀ ਅਤੇ 1990 ਈਸਵੀ ਵਿੱਚ ਇਹ ਪੂਰਾ ਮਤਲਬ ਕਿ ਜਿਹੜਾ ਰਿਲੀਜ਼ ਹੋ ਚੁੱਕਾ ਸੀ, ਮਤਲਬ ਕਿ ਸਭ ਦੇ ਕੋਲ ਜਿਹੜੀ ਇਹ ਟੈਕਨੋਲੋਜੀ ਪਹੁੰਚ ਗਈ ਸੀ। ਹੁਣ ਇਸ ਟੈਕਨੋਲੋਜੀ ਦੇ ਫੀਚਰ ਆਪਾਂ ਜਾਣ ਲੈਂਦੇ ਹਾਂ। ਇਸਦੀ ਸਪੀਡ ਕਿੰਨੀ ਸੀ? 2.4 KBPS ਦੀ ਸਪੀਡ ਇਹ ਟੈਕਨੋਲੋਜੀ ਆਪਾਂ ਨੂੰ ਦਿੰਦੀ ਸੀ। ਅਤੇ ਇਸ ਵਿੱਚ ਕੀ ਹੁੰਦਾ ਸੀ, ਸਿਰਫ ਆਪਾਂ ਆਪਣੀ ਕੰਟਰੀ ਵਿੱਚ ਯਾਨੀ ਇੱਕ ਕੰਟਰੀ ਵਿੱਚ ਹੀ ਕਾਲ ਕਰ ਸਕਦੇ ਸੀ, ਅਦਰ ਕੰਟਰੀ ਵਿੱਚ ਕਾਲ ਨਹੀਂ ਕਰ ਸਕਦੇ ਸੀ। ਐਂਡ ਇਸ ਵਿੱਚ ਜੋ ਨੈਟਵਰਕ ਯੂਜ਼ ਕੀਤਾ ਜਾਂਦਾ ਸੀ ਉਸਨੂੰ ਐਨਾਲੋਗ ਸਿਗਨਲ ਦੇ ਥਰੂ, ਇਹ ਜਿਹੜੀ ਵੀ ਰੇਡੀਓ ਵੇਵਸ ਥਰੂ ਜਿਹੜਾ ਆਪਣੀ ਗੱਲਬਾਤ ਹੁੰਦੀ ਸੀ ਉਸਨੂੰ ਐਨਾਲੋਗ ਸਿਗਨਲਸ ਕਹੇ ਜਾਂਦੇ ਸਨ। ਐਂਡ ਜਿਹੜੀ ਫਸਟ ਜਨਰੇਸ਼ਨ ਵਿੱਚ ਇਹ MPS ਟੈਕਨੋਲੋਜੀ ਦੀ ਯੂਜ਼ ਕੀਤੀ ਜਾਂਦੀ ਸੀ, ਸਭ ਤੋਂ ਪਹਿਲਾਂ ਇਹ USA ਵਿੱਚ ਯੂਜ਼ ਵਿੱਚ ਆਈ ਸੀ। ਹੁਣ ਜਦੋਂ ਆਪਾਂ ਇਸ ਟੈਕਨੋਲੋਜੀ ਥਰੂ ਜਿਹੜੀ ਕਾਲ ਕਰਦੇ ਸੀ, ਮਤਲਬ ਕਿ ਆਪਾਂ ਬੋਲਦੇ ਸੀ ਅਤੇ ਦੂਜੇ ਦੀ ਗੱਲ ਆਵਾਜ਼ ਆਪਣੇ ਕੰਨਾਂ ਤੱਕ ਆਉਂਦੀ ਸੀ, ਇਹ ਕਿਹੜੀ ਫ੍ਰੀਕੁਐਂਸੀ ਥਰੂ ਹੁੰਦੀ ਸੀ? ਇਹ ਰੇਡੀਓ ਫ੍ਰੀਕੁਐਂਸੀ ਥਰੂ ਜਿਹੜਾ ਪੂਰਾ ਕਮਿਊਨੀਕੇਸ਼ਨਸ ਬਣਦਾ ਸੀ। ਐਂਡ ਜਿਹੜੀ 1G ਮੋਬਾਈਲ ਟੈਕਨੋਲੋਜੀ ਸੀ ਇਸ ਵਿੱਚ ਕੀ ਸੀ? ਪੂਅਰ ਵੋਇਸ ਕੁਆਲਿਟੀ ਸੀ, ਮਤਲਬ ਬਹੁਤ ਹੀ ਬੇਕਾਰ ਵੋਇਸ ਕੁਆਲਿਟੀ ਹੁੰਦੀ ਸੀ। ਹੁਣ 2.4 KBPS ਦੀ ਸਪੀਡ ਵਿੱਚ ਤੁਸੀਂ ਚੈੱਕ ਅੰਦਾਜ਼ਾ ਲਗਾ ਸਕਦੇ ਹੋ ਕਿਸ ਤਰ੍ਹਾਂ ਦੀ ਕੁਆਲਿਟੀ ਆਪਾਂ ਨੂੰ ਮਿਲ ਸਕਦੀ ਆ। ਐਂਡ ਬੈਟਰੀ ਲਾਈਫ ਬਹੁਤ ਵਧੀਆ ਹੁੰਦੀ ਸੀ ਕਿਉਂਕਿ ਯੂਜ਼ ਘੱਟ ਹੁੰਦਾ ਸੀ, ਜਿਹਦਾ ਸਿਰਫ ਗੱਲਬਾਤ ਕਰਨ ਲਈ ਹੀ ਯੂਜ਼ ਕੀਤਾ ਜਾਂਦਾ ਸੀ, ਤਾਂ ਕਰਕੇ ਇਸਦੀ ਬੈਟਰੀ ਲਾਈਫ ਬਹੁਤ ਵਧੀਆ ਸੀ। ਇਸ ਤੋਂ ਇਲਾਵਾ ਲਾਰਜ ਸਾਈਜ਼ ਆਫ ਮੋਬਾਈਲ, ਇਹਨਾਂ ਮੋਬਾਈਲਾਂ ਦਾ ਜਿਹੜਾ ਸਾਈਜ਼ ਬਹੁਤ ਵੱਡਾ ਸੀ ਤਾਂ ਕੈਰੀ ਕਰਨੇ ਬਹੁਤ ਮੁਸ਼ਕਿਲ ਸੀ। ਅਤੇ ਸਿਕਿਉਰਿਟੀ ਹੁੰਦੀ ਸੀ, ਜਿਹੜੇ ਵੀ ਆਪਾਂ ਕੋਈ ਗੱਲਬਾਤ ਕਰਦੇ ਹਾਂ ਇਹ ਕੋਈ ਸਿਕਿਉਰ ਨਹੀਂ ਸੀ ਕਿ ਉਹ ਲੀਕ ਨਹੀਂ ਹੋਵੇਗੀ ਗੱਲ ਸਾਡੀ, ਕੋਈ ਵੀ ਉਸ ਗੱਲ ਨੂੰ ਸੁਣ ਸਕਦਾ ਸੀ, ਤਾਂ ਕਰਕੇ ਸਿਕਿਉਰਿਟੀ ਜਿਹੜੀ ਲਿਮਿਟਡ ਸੀ ਅਤੇ ਕਪੈਸਿਟੀ ਲੋ। 5G ਮੋਬਾਈਲ ਟੈਕਨੋਲੋਜੀ ਤੋਂ ਬਾਅਦ ਵਾਰੀ ਹੁੰਦੀ ਹੈ 2G ਮੋਬਾਈਲ ਟੈਕਨੋਲੋਜੀ ਦੀ। ਇਸ ਟੈਕਨੋਲੋਜੀ ਵਿੱਚ GSM ਤੇ ਆਧਾਰਿਤ ਯਾਨੀ ਗਲੋਬਲ ਸਿਸਟਮ ਮੋਬਾਈਲ ਦੀ ਯੂਜ਼ ਕੀਤਾ ਗਿਆ ਸੀ ਅਤੇ ਇਹ 1991 ਫਿਨਲੈਂਡ ਵਿੱਚ ਲਾਂਚ ਕਰ ਦਿੱਤਾ ਗਿਆ ਸੀ। ਅਤੇ ਹੁਣ 1G ਟੈਕਨੋਲੋਜੀ ਵਿੱਚ ਤਾਂ ਐਨਾਲੋਗ ਸਿਗਨਲ ਹੁੰਦੇ ਸੀ, ਇਹ ਡਿਜੀਟਲ ਨਹੀਂ ਹੁੰਦੇ ਸੀ, ਬਟ ਜਿਹੜੀ 2G ਟੈਕਨੋਲੋਜੀ ਆਈ ਸੀ ਉਸ ਵਿੱਚ ਡਿਜੀਟਲ ਸਿਗਨਲ ਯੂਜ਼ ਹੋਣ ਲੱਗ ਗਏ ਸੀ ਅਤੇ ਇਸ ਦੀ ਡਾਟਾ ਸਪੀਡ ਸੀ ਜਿਹੜੀ 64 KBPS, ਮਤਲਬ ਕਾਫੀ ਇਨਕਰੀਜ ਹੋ ਗਈ ਸੀ। ਦੋਸਤੋ, ਕੁਐਸਚਨ ਇਗਜ਼ਾਮ ਵਿੱਚ ਇਸ ਰਿਲੇਟਡ ਕਿਵੇਂ ਬਣ ਸਕਦੇ ਨੇ? ਜਿਵੇਂ ਕਿ ਆਪਣੇ ਤੋਂ ਕੁਐਸਚਨ ਪੁੱਛ ਲਿਆ ਜਾਵੇ ਕਿ 2G ਮੋਬਾਈਲ ਟੈਕਨੋਲੋਜੀ ਕਿਸ ਟੈਕਨੋਲੋਜੀ ਤੇ ਆਧਾਰਿਤ ਸੀ, ਤਾਂ ਆਪਾਂ ਨੂੰ ਯਾਦ ਰੱਖਣਾ ਹੋਵੇ ਗਲੋਬਲ ਸਿਸਟਮ ਫਾਰ ਮੋਬਾਈਲ, ਜਾਂ ਆਪਣੇ ਤੋਂ ਪੁੱਛ ਸਕਦੇ ਨੇ ਕਿ 2G ਟੈਕਨੋਲੋਜੀ ਵਿੱਚ ਕਿਹੜੇ ਜਿਹੜੇ ਸਿਗਨਲ ਯੂਜ਼ ਕੀਤੇ ਜਾਂਦੇ ਸਨ, ਤਾਂ ਡਿਜੀਟਲ ਸਿਗਨਲਸ ਆਪਾਂ ਨੂੰ ਯਾਦ ਰੱਖਣਾ ਹੋਵੇਗਾ ਈਜ਼ੀਲੀ। ਇਸ ਤੋਂ ਇਲਾਵਾ 2G ਮੋਬਾਈਲ ਟੈਕਨੋਲੋਜੀ ਦੀ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਟੈਕਸਟ ਮੈਸੇਜ ਕਰਨੇ ਈਜ਼ੀ ਹੋਵੇ ਸੀ, ਆਪਾਂ ਪਿਕਚਰ ਮੈਸੇਜ ਵੀ ਸੈਂਡ ਕਰ ਸਕਦੇ ਸੀ ਅਤੇ MMS ਵੀ 2G ਟੈਕਨੋਲੋਜੀ ਥਰੂ ਆਪਾਂ ਸੈਂਡ ਕਰ ਸਕਦੇ ਸੀ। ਇਸ ਤੋਂ ਇਲਾਵਾ ਬੈਟਰ ਕੁਆਲਿਟੀ ਐਂਡ ਕਪੈਸਿਟੀ ਇਸ ਵਿੱਚ ਪ੍ਰੋਵਾਈਡ ਕਰਵਾਈ ਗਈ ਸੀ ਅਤੇ ਇਸ ਟੈਕਨੋਲੋਜੀ ਲਈ ਮੋਬਾਈਲ ਫੋਨਾਂ ਦਾ ਕੰਮ ਕਰਨ ਵਿੱਚ ਮਦਦ ਕਰਨ ਲਈ ਡਿਜੀਟਲ ਸਿਗਨਲਾਂ ਦੀ ਲੋੜ ਸੀ। ਹੁਣ 2G ਮੋਬਾਈਲ ਟੈਕਨੋਲੋਜੀ ਦੀ ਜਿਹੜੀ ਡਿਜੀਟਲ ਸਿਗਨਲਾਂ ਦੇ ਥਰੂ ਜਿਹੜਾ ਵੀ ਕਮਿਊਨੀਕੇਸ਼ਨ ਕਰਦੇ ਸੀ ਜਾਂ ਕੋਈ ਗੱਲਬਾਤ ਕਰ ਰਿਹਾ, ਇਸ ਨੂੰ ਇੱਕ ਸਟੋਰੇਜ ਦੇ ਰੂਪ ਵਿੱਚ ਰੱਖਿਆ ਜਾ ਸਕਦਾ ਸੀ, ਬਟ ਇਹ ਸਿਸਟਮ ਗੁੰਝਲਦਾਰ ਡੇਟਾ ਜਿਵੇਂ ਕਿ ਵੀਡੀਓਜ਼ ਅਤੇ ਹੋਰ ਕੋਈ ਵੱਡੇ MMS ਜਾਂ ਵੱਡੇ ਮੈਸੇਜਸ ਨੂੰ ਸੰਭਾਲਣ ਦੇ ਅਯੋਗ ਸੀ। 2G ਮੋਬਾਈਲ ਟੈਕਨੋਲੋਜੀ ਤੋਂ ਬਾਅਦ 2.5G ਟੈਕਨੋਲੋਜੀ ਜਿਹੜੀ ਰਿਲੀਜ਼ ਹੋਈ ਸੀ, ਮਤਲਬ ਕਿ ਇਹ ਟੈਕਨੋਲੋਜੀ 2G ਅਤੇ 3G ਟੈਕਨੋਲੋਜੀ ਦੇ ਵਿਚਾਲੇ ਦੀ ਟੈਕਨੋਲੋਜੀ ਸੀ। ਮਤਲਬ ਪਹਿਲਾਂ 2G ਟੈਕਨੋਲੋਜੀ ਆ ਗਈ ਸੀ, ਉਸ ਤੋਂ ਬਾਅਦ 2.5G ਟੈਕਨੋਲੋਜੀ ਆ ਗਈ ਸੀ, ਉਸ ਤੋਂ ਬਾਅਦ ਜਿਹੜੀ 3G ਟੈਕਨੋਲੋਜੀ ਆਈ ਸੀ। ਜਿਹੜੀ 2.5G ਟੈਕਨੋਲੋਜੀ ਸੀ ਇਸ ਵਿੱਚ GPRS ਇਨਕਲੂਡ ਕੀਤਾ ਗਿਆ ਅਤੇ ਇਸ ਨੂੰ 2G ਸੈਲੂਲਰ ਵਜੋਂ ਹੀ ਵਰਣਨ ਕੀਤਾ ਗਿਆ, ਮਤਲਬ ਕਿ 2G ਦੀ ਕੈਟੇਗਰੀ ਵਿੱਚ ਹੀ ਰੱਖਿਆ ਗਿਆ, ਇਸ ਨੂੰ 3G ਦਾ ਨਾਮ ਨਹੀਂ ਦਿੱਤਾ ਗਿਆ, ਤਾਂ ਕਰਕੇ ਇਸ ਨੂੰ 2.5G ਵੀ ਕਿਹਾ ਜਾਂਦਾ। ਅਤੇ ਇਸ ਦੇ ਫੀਚਰ ਕੀ ਸੀ? ਫੋਨ ਕਾਲਸ ਹੋਣ ਲੱਗੇ ਸੀ, ਮੈਸੇਜ ਆਪਾਂ ਸੈਂਡ ਕਰ ਸਕਦੇ ਸੀ, ਰਿਸੀਵ ਕਰ ਸਕਦੇ ਸੀ ਐਂਡ ਈਮੇਲ ਵੀ ਕਰ ਸਕਦੇ ਸੀ। ਇਸ ਤੋਂ ਇਲਾਵਾ ਵੈਬ ਬਰਾਊਜ਼ਰ ਵੀ ਯੂਜ਼ ਕਰਨ ਲੱਗੇ ਸੀ ਅਤੇ ਇਸਦੀ ਸਪੀਡ ਜਿਹੜੀ ਇਨਕਰੀਜ਼ ਹੋ ਗਈ ਸੀ, 64 ਤੋਂ 144 KBPS ਦੀ ਸਪੀਡ ਇਹ ਦੇਣ ਲੱਗਿਆ ਸੀ। ਇਸ ਤੋਂ ਇਲਾਵਾ ਕੈਮਰਾ ਵੀ ਇਹਨਾਂ ਟੈਕਨੋਲੋਜੀਸ ਵਿੱਚ ਇਨਕਲੂਡ ਹੋ ਗਏ ਸੀ ਅਤੇ ਡਾਊਨਲੋਡਿੰਗ ਸਪੀਡ ਵੀ ਕਾਫੀ ਹਾਈ ਹੋ ਗਈ ਸੀ।
ਜਦੋਂ 2G ਮੋਬਾਈਲ ਟੈਕਨੋਲੋਜੀ ਦਾ ਦੌਰ ਗਿਆ ਤਾਂ 3G ਮੋਬਾਈਲ ਟੈਕਨੋਲੋਜੀ ਨੇ ਜਨਮ ਲਿਆ। ਇਹ ਟੈਕਨੋਲੋਜੀ 2000 ਵਿੱਚ ਪੇਸ਼ ਕੀਤੀ ਗਈ ਸੀ ਅਤੇ ਮਤਲਬ ਕਿ 2002-4 ਤੱਕ ਇਹ ਸਭ ਤੱਕ ਪਹੁੰਚ ਗਈ ਸੀ। ਇਸ ਤੋਂ ਇਲਾਵਾ ਇਸਦੀ ਡਾਟਾ ਟਰਾਂਸਮਿਸ਼ਨ ਸਪੀਡ ਸੀ ਜਿਹੜਾ 144 ਤੋਂ ਲੈ ਕੇ 2 Mbps ਤੱਕ ਕਾਫੀ ਹਾਈ ਸਪੀਡ ਸੀ ਇਸਦੀ। ਮਤਲਬ ਇਸ ਟੈਕਨੋਲੋਜੀ ਥਰੂ ਆਪਾਂ ਇੰਟਰਨੈਟ ਯੂਜ਼ ਜ਼ਿਆਦਾ ਕਰਨ ਲੱਗੇ ਸੀ, ਮਤਲਬ ਈਜ਼ੀ ਹੋ ਗਿਆ ਸੀ, ਅਤੇ ਐਪਲੀਕੇਸ਼ਨ ਅਤੇ ਆਡੀਓ ਵੀਡੀਓਜ਼ ਕਰਕੇ ਡੇਟਾ ਟ੍ਰਾਂਸਫਰ ਸਪੀਡ ਵਿੱਚ ਜਿਹੜਾ ਵਾਧਾ ਹੋ ਗਿਆ ਸੀ। ਐਂਡ ਇਸ ਤੋਂ ਇਲਾਵਾ 3G ਮੋਬਾਈਲ ਟੈਕਨੋਲੋਜੀ ਹੈ ਜਿਹੜੀ, ਇਹ ਆਪਾਂ ਨੂੰ ਫਾਸਟਰ ਕਮਿਊਨੀਕੇਸ਼ਨ ਜਾਂ ਵੀ ਆਪਾਂ ਗੱਲਬਾਤ ਕਰਨੀ ਹੈ ਜਾਂ ਫੋਨ ਕਰਨਾ, ਮੈਸੇਜ ਕਰਨਾ, ਫੋਟੋ ਰਿਸੀਵ ਕਰਨੀ ਹੈ, ਸੈਂਡ ਕਰਨੀ ਹੈ, ਇਹ ਥੋੜ੍ਹਾ ਫਾਸਟ ਕਰ ਦਿੱਤਾ ਸੀ 3G ਮੋਬਾਈਲ ਟੈਕਨੋਲੋਜੀ ਨੇ। ਇਸ ਤੋਂ ਇਲਾਵਾ ਸੈਂਡ ਮੈਸੇਜ ਐਂਡ ਰਿਸੀਵ ਲਾਰਜ ਈਮੇਲ ਮੈਸੇਜ ਵੀ ਆਪਾਂ ਰਿਸੀਵ ਕਰਨ ਲੱਗੇ ਸੀ ਐਂਡ ਸੈਂਡ ਕਰਨ ਲੱਗੇ ਸੀ। ਐਂਡ ਹਾਈ ਸਪੀਡ ਵੈਬ ਅਤੇ ਮੋਰ ਸਿਕਿਉਰਿਟੀ ਵੀਡੀਓਜ਼ ਵੀ ਮਤਲਬ ਕਿ ਇਹਨਾਂ ਵਿੱਚ ਪ੍ਰੋਵਾਈਡ ਹੋ ਗਈਆਂ ਸਨ ਆਪਾਂ ਨੂੰ। ਇਸ ਤੋਂ ਇਲਾਵਾ ਟੀਵੀ ਸਟ੍ਰੀਮਿੰਗ, ਮੋਬਾਈਲ ਟੀਵੀ ਅਤੇ ਫੋਨ ਕੋਲ ਦੇ ਫੀਚਰ ਵੀ ਆਪਾਂ ਨੂੰ 3G ਮੋਬਾਈਲ ਟੈਕਨੋਲੋਜੀ ਵਿੱਚ ਦੇਖਣ ਨੂੰ ਮਿਲ ਗਏ ਸੀ, ਅਤੇ ਲਾਰਜ ਕੈਪੈਸਿਟੀ ਅਤੇ ਬ੍ਰੋਡਬੈਂਡ ਕੈਪੇਬਿਲਿਟੀਜ਼ ਵੀ ਆਪਾਂ ਨੂੰ 3G ਮੋਬਾਈਲ ਟੈਕਨੋਲੋਜੀ ਦੁਆਰਾ ਹੀ ਵਰਤਣ ਨੂੰ ਮਿਲਿਆ। ਹਾਈ ਸਪੀਡ ਡਾਊਨਲੋਡਿੰਗ, ਕਾਨਫਰੰਸਿੰਗ ਐਂਡ ਵੀਡੀਓ ਕਾਲ ਐਂਡ ਚੈਟ ਚੂਟ ਵਗੈਰਾ ਐਂਡ 3D ਗੇਮਿੰਗ ਦੇ ਵੀ ਫੀਚਰ ਆਪਾਂ ਨੂੰ 3G ਮੋਬਾਈਲ ਟੈਕਨੋਲੋਜੀ ਵਿੱਚੋਂ ਹੀ ਪ੍ਰਾਪਤ ਹੋਏ ਸਨ। ਹੁਣ ਦੋਸਤੋ ਮੈਨੂੰ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਜੋ ਵੀ ਮੈਂ ਤੁਹਾਨੂੰ ਸਮਝਾ ਰਿਹਾ ਹੈ ਤੁਹਾਨੂੰ ਸਮਝ ਆ ਰਿਹਾ ਹੈ ਜਾਂ ਨਹੀਂ, ਯੈਸ ਔਰ ਨੋ ਲਿਖ ਕੇ ਕਮੈਂਟ ਜ਼ਰੂਰ ਕਰ ਦਿਓ। ਐਂਡ ਜੇ ਤੁਸੀਂ ਕੰਪਿਊਟਰ ਦੀ ਤਿਆਰੀ ਵਾਸਤੇ ਬੈਸਟ ਬੁੱਕ ਫਾਈਂਡ ਕਰ ਰਹੇ ਹੋ ਤਾਂ ਉਸਦਾ ਲਿੰਕ ਮੈਂ ਆਲਰੇਡੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ। ਕਰਨਾ ਕੀ ਹੈ, ਵੀਡੀਓ ਦੇ ਡਿਸਕ੍ਰਿਪਸ਼ਨ ਵੀ ਜਾਣਾ, ਲਿੰਕ 'ਤੇ ਕਲਿੱਕ ਕਰਨਾ ਅਤੇ ਇਸ ਨੂੰ ਔਨਲਾਈਨ ਐਮਾਜ਼ੋਨ 'ਤੇ ਕੈਸ਼ ਔਨ ਡਿਲੀਵਰੀ 'ਤੇ ਆਰਡਰ ਕਰ ਲੈਣਾ। ਐਂਡ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੈ ਕਿ ਇਸਦੇ MCQ ਦੀ ਵੀਡੀਓ ਵੀ ਤੁਹਾਨੂੰ ਥੋੜ੍ਹੇ ਦੇਰ ਵਿੱਚ ਮੇਰੇ ਚੈਨਲ 'ਤੇ ਪ੍ਰੋਵਾਈਡ ਹੋ ਜਾਵੇਗੀ। ਅਤੇ ਨੈਕਸਟ ਗੱਲ ਕਰੀਏ ਦੋਸਤੋ, ਐਂਡ ਇਸ ਤੋਂ ਬਾਅਦ 4G ਮੋਬਾਈਲ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਇਹ ਟੈਕਨੋਲੋਜੀ ਦੀ ਚੌਥੀ ਪੀੜ੍ਹੀ ਇਸ ਨੂੰ ਮੰਨਿਆ ਜਾਂਦਾ ਹੈ ਅਤੇ ਇਹ 2000 ਦੇ ਅਖੀਰ ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਟੈਕਨੋਲੋਜੀ ਆਪਾਂ ਨੂੰ 100 Mbps ਤੋਂ ਲੈ ਕੇ 1 Gbps ਦੀ ਸਪੀਡ ਪ੍ਰੋਵਾਈਡ ਕਰਵਾਉਂਦੀ ਸੀ ਅਤੇ ਮੋਬਾਈਲ ਵਿੱਚ ਜਿਹੜੇ ਇਹ ਟੈਕਨੋਲੋਜੀ ਵਿੱਚ ਮੋਬਾਈਲ ਮਲਟੀਮੀਡੀਆ ਯੂਜ਼ ਕਰਨ ਨੂੰ ਆਪਾਂ ਨੂੰ ਮਿਲ ਗਿਆ ਸੀ ਅਤੇ ਐਨੀ ਟਾਈਮ ਐਨੀ ਵੇਅਰ ਕਿਤੇ ਵੀ ਮਤਲਬ ਕਿ ਕਿਤੇ ਵੀ ਕੁਝ ਵੀ ਯੂਜ਼ ਕਰ ਸਕਦੇ ਸੀ। ਇਸ ਤੋਂ ਇਲਾਵਾ ਗਲੋਬਲ ਮੋਬਾਇਲਟੀ ਸਪੋਰਟਸ ਅਤੇ ਇੰਟੀਗ੍ਰੇਟਡ ਵਾਇਰਲੈਸ ਸੋਲੂਸ਼ਨ ਦੇ ਫੀਚਰ ਵੀ ਆਪਾਂ ਨੂੰ 4G ਮੋਬਾਈਲ ਟੈਕਨੋਲੋਜੀ ਵਿੱਚੋਂ ਮਿਲ ਗਏ ਸੀ। ਐਂਡ ਕੁਝ ਹੋਰ ਫੀਚਰ ਦੀ ਗੱਲ ਕਰੀਏ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇਸ ਦੀ ਸਪੀਡ ਸੀ ਜਿਹੜਾ ਡਾਟਾ ਦੀ ਸਪੀਡ ਹੈ ਆਪਣੀ ਆ 100 Mbps ਤੋਂ ਲੈ ਕੇ 1 Gbps ਤੱਕ ਦੀ ਸਪੀਡ 4G ਮੋਬਾਈਲ ਟੈਕਨੋਲੋਜੀ ਵਿੱਚੋਂ ਆਪਾਂ ਨੂੰ ਮਿਲਦੀ ਸੀ ਅਤੇ ਹਾਈ ਕਪੈਸਿਟੀ ਐਂਡ ਹਾਈ ਸਿਕਿਉਰਿਟੀ ਦਾ ਫੀਚਰ ਵੀ ਆਪਾਂ ਨੂੰ 4G ਮੋਬਾਈਲ ਟੈਕਨੋਲੋਜੀ ਦੇ ਥਰੂ ਹੀ ਮਿਲਿਆ ਹੈ। ਇਸ ਤੋਂ ਇਲਾਵਾ ਲੈਸ ਬੈਟਰੀ ਲਾਈਫ, ਕਿਉਂਕਿ ਹੁਣ ਇਸ ਡਿਵਾਈਸ ਵਿੱਚ ਜ਼ਿਆਦਾ ਫੀਚਰ ਆ ਗਏ ਤਾਂ ਕਰਕੇ ਜਿਹੜੀ ਖਪਤ ਹੁੰਦੀ ਹੈ ਬਿਜਲੀ ਦੀ ਉਹ ਵੀ ਜ਼ਿਆਦਾ ਯੂਜ਼ ਹੋਣ ਲੱਗੀ। ਇਸਦਾ ਰੀਜ਼ਨ ਇਹ ਹੋਇਆ ਕਿ ਬੈਟਰੀ ਲਾਈਫ ਘੱਟ ਗਈ ਇਸਦੀ ਅਤੇ ਇਸ ਤੋਂ ਇਲਾਵਾ ਹਾਰਡ ਇੰਪਲੀਮੈਂਟ, ਕਾਫੀ ਹਾਰਡ ਜਿਹੜਾ ਇਸਦੀ ਬਣਤਰ ਹੁੰਦੀ ਹੈ ਅਤੇ ਐਕਸਪੈਂਸਿਵ ਟੈਕਨੋਲੋਜੀ ਹੈ, ਥੋੜ੍ਹੀ ਮਹਿੰਗੀ ਟੈਕਨੋਲੋਜੀ ਹੈ ਇਹ, ਬਟ ਕਾਫੀ ਯੂਜ਼ਫੁਲ ਅਤੇ ਬੈਨੀਫਿਸ਼ੀਅਲ ਟੈਕਨੋਲੋਜੀ ਹੈ। ਜਿਹੜੇ ਫਿਊਚਰ ਵਿੱਚ ਆਪਾਂ ਮੋਬਾਈਲ ਟੈਕਨੋਲੋਜੀ ਯੂਜ਼ ਕਰਾਂਗੇ ਉਸ ਨੂੰ 5G ਮੋਬਾਈਲ ਟੈਕਨੋਲੋਜੀ ਦੇ ਨਾਮ ਨਾਲ ਜਾਣਿਆ ਜਾਵੇਗਾ ਅਤੇ ਇਹ ਟੈਕਨੋਲੋਜੀ 2010 ਤੋਂ ਸ਼ੁਰੂ ਤਾਂ ਹੋ ਗਈ ਹੈ, ਮਤਲਬ ਕਿ ਫੋਰਨ ਵਿੱਚ, ਜਾਪਾਨ ਵਿੱਚ ਤਾਂ ਆਲਰੇਡੀ ਇਸਦੇ ਜਿਹੜੇ ਮੋਬਾਈਲ ਆ ਉਹ ਯੂਜ਼ ਵੀ ਹੋਣ ਲੱਗੇ ਨੇ। ਪਤਾ ਨਹੀਂ ਇੰਡੀਆ ਵਿੱਚ ਇਹ ਟੈਕਨੋਲੋਜੀ ਕਦੋਂ ਆਊਗੀ। ਇਹ ਟੈਕਨੋਲੋਜੀ ਕੰਪਲੀਟ ਵਾਇਰਲੈਸ ਕਮਿਊਨੀਕੇਸ਼ਨ ਵਿਦ ਆਲਮੋਸਟ ਨੋ ਲਿਮਿਟੇਸ਼ਨਸ, ਮਤਲਬ ਕਿ ਕੋਈ ਵੀ ਰੋਕ ਤੋਕ ਟੋਕ ਤੋਂ ਬਿਨਾਂ ਵਾਇਰਲੈਸ ਕਮਿਊਨੀਕੇਸ਼ਨ ਦਾ ਫੀਚਰ ਆਪਾਂ ਨੂੰ ਪ੍ਰੋਵਾਈਡ ਕਰਾਵੇਗੀ। ਇਸ ਤੋਂ ਇਲਾਵਾ ਇਹ ਹਾਈਲੀ ਸਪੋਰਟ WWW ਯਾਨੀ ਵਰਲਡ ਵਾਈਡ ਵੈਬ ਦੇ ਸਪੋਰਟਡ ਰਹੇਗੀ। ਇਸ ਤੋਂ ਇਲਾਵਾ ਕੁਝ ਹੋਰ ਫੀਚਰਾਂ ਦੀ ਗੱਲ ਕਰੀਏ ਤਾਂ ਇਹ ਹਾਈਲੀ ਸਪੀਡ ਅਤੇ ਹਾਈ ਕਪੈਸਿਟੀ ਹੋਵੇਗੀ ਅਤੇ ਇਹ ਟੈਕਨੋਲੋਜੀ ਡਾਟਾ ਦਾ ਵੱਡਾ ਪ੍ਰਸਾਰਣ ਪ੍ਰਦਾਨ ਕਰੇਗੀ ਜਿਸ ਨੂੰ GBPS ਦੇ ਥਰੂ ਨਾਲ ਆਪਾਂ ਜਾਣਦੇ ਹਾਂ। ਇਸ ਤੋਂ ਇਲਾਵਾ ਮਲਟੀਮੀਡੀਆ ਨਿਊਜ਼ ਪੇਪਰ ਵੀਡੀਓ HD ਕੁਆਲਿਟੀਜ਼ ਦੀ ਆਪਾਂ ਯੂਜ਼ ਕਰ ਸਕਾਂਗੇ ਅਤੇ ਪਿਛਲੀ ਪੀੜ੍ਹੀਆਂ ਤੋਂ ਤੇਜ਼ ਡਾਟਾ ਟ੍ਰਾਂਸਮਿਸ਼ਨ ਦੀ ਫੈਸਿਲਿਟੀ ਵੀ ਆਪਾਂ ਨੂੰ ਮਿਲ ਜਾਵੇਗੀ। ਇਸ ਤੋਂ ਇਲਾਵਾ ਲਾਰਜ ਫੋਨ ਮੈਮਰੀਜ਼ ਵੀ ਪ੍ਰੋਵਾਈਡ ਹੋਵੇਗੀ ਇਸ ਵਿੱਚ ਅਤੇ 5G ਟੈਕਨੋਲੋਜੀ ਇਜ਼ ਅ ਮੋਰ ਇਫੈਕਟਿਵ ਐਂਡ ਅਟਰੈਕਟਿਵ, ਇਸਦੇ ਇਫੈਕਟ ਵੀ ਬਹੁਤ ਪੈਣਗੇ ਆਪਣੀ ਡੇਲੀ ਦੀ ਲਾਈਫ ਵਿੱਚ। ਮਤਲਬ ਇਸ ਟਾਈਮ ਆਪਾਂ 4G ਮੋਬਾਈਲ ਯੂਜ਼ ਕਰਦੇ ਹਾਂ ਅਤੇ 4G ਮੋਬਾਈਲ ਨੂੰ ਹੀ ਆਪਣਾ ਇੱਕ ਬੋਡੀ ਦਾ ਪਾਰਟ ਸਮਝਦੇ ਹਾਂ ਕਿਉਂਕਿ ਅੱਜ ਦੇ ਟਾਈਮ ਵਿੱਚ ਬਿਨਾਂ ਮੋਬਾਈਲ ਦੇ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ। ਇਸੇ ਤਰ੍ਹਾਂ ਜੇ 4G ਟੈਕਨੋਲੋਜੀ ਹੀ ਇੰਨੀ ਅਟਰੈਕਟਿਵ ਲੱਗਦੀ ਹੈ ਆਪਾਂ ਨੂੰ ਤਾਂ ਜਦੋਂ 5G ਟੈਕਨੋਲੋਜੀ ਆ ਜਾਵੇਗੀ ਤਾਂ ਉਹ ਕਿੰਨੀ ਅਟਰੈਕਟਿਵ ਲੱਗੇਗੀ। ਓਕੇ ਦੋਸਤੋ, ਅੱਜ ਦੀ ਕਲਾਸ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਜੇ ਤੁਸੀਂ ਕੋਈ ਵੀ ਟੌਪਿਕ ਰਿਲੇਟਡ ਵੀਡੀਓਜ਼ ਮੇਰੇ ਚੈਨਲ 'ਤੇ ਦੇਖਣਾ ਚਾਹੁੰਦੇ ਹੋ ਤਾਂ ਉਸ ਟੌਪਿਕ ਦਾ ਨਾਮ ਮੈਨੂੰ ਵੀਡੀਓ ਦੇ ਕਮੈਂਟ ਵਿੱਚ ਲਿਖ ਕੇ ਦੱਸ ਦਿਓ ਤਾਂ ਮੈਂ ਨੈਕਸਟ ਪਾਰਟ ਹੈ ਜਿਹੜਾ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ।